ਨਮਸਕਾਰ, ਸਤਿ ਸ਼੍ਰੀ ਅਕਾਲ। ਮੈਂ ਐਸਟ੍ਰੋਲੋਜਰ ਮਨੀਸ਼ਾ ਕੌਸ਼ਿਕ, ਤੁਹਾਡਾ ਸਾਰਿਆਂ ਦਾ ਜੋਤਿਸ਼ ਦੇ ਸਭ ਤੋਂ ਖਾਸ ਅਤੇ ਪਾਪੂਲਰ ਸ਼ੋਅ ਤੁਹਾਡੇ ਸਿਤਾਰੇ PTC ਦੇ ਉੱਤੇ ਤਹਿ ਦਿਲੋਂ ਸਵਾਗਤ ਕਰਦੀ ਹਾਂ। ਆਪਣੇ ਮੈਂਟਰ, ਆਪਣੇ ਗਾਈਡ, ਆਪਣੇ ਫਾਦਰ ਐਸਟ੍ਰੋਲੋਜਰ ਡਾਕਟਰ ਪ੍ਰੇਮ ਕੁਮਾਰ ਸ਼ਰਮਾ ਜੀ ਦੀ ਗਾਈਡੈਂਸ ਨਾਲ ਮੈਂ ਡਿਸਕਸ ਕਰੂੰਗੀ ਦਿਨ ਦਾ ਪੰਚਾਂਗ ਅਤੇ ਰਾਸ਼ੀਫਲ। ਸਭ ਤੋਂ ਪਹਿਲਾਂ ਅੱਜ ਦਾ ਪੰਚਾਂਗ। ਅੱਜ 26 ਜੁਲਾਈ 2024 ਦੇ ਦਿਨ ਹੈ ਸ਼ੁੱਕਰਵਾਰ, ਯਾਨੀ ਫਰਾਈਡੇ। ਕ੍ਰਿਸ਼ਨ ਪੱਖ ਸ਼ਸ਼ਟੀ ਤਿਥੀ ਰਹੇਗੀ ਰਾਤ ਦੇ 11:32 ਤੱਕ। ਅੱਜ ਗੰਡਮੂਲ ਜਿਹੜੇ ਨੇ ਦੁਪਹਿਰ ਦੇ 2:31 ਤੋਂ ਸ਼ੁਰੂ ਹੋਣਗੇ। ਪੰਚਕ ਵੀ ਹੈ ਅੱਜ। ਅੱਜ ਗੱਲ ਕਰੀਏ ਰਾਹੂ ਕਾਲ ਦੀ, ਅਤੇ ਸਵੇਰ ਦੇ 10:44 ਤੋਂ ਲੈ ਕੇ ਦੁਪਹਿਰ ਦੇ 12:26 ਤੱਕ ਦਾ ਸਮਾਂ ਜਿਹੜਾ ਹੈ ਉਹ ਰਾਹੂ ਕਾਲ ਦਾ ਹੈ। ਇੱਕ ਹੋਰ ਇਹਨਾਂ ਆਸਪੀਸ਼ੀਅਸ ਟਾਈਮ ਜਿਹਨੂੰ ਕਿ ਯਮਗੰਧਮ ਕਾਲ ਕਹਿੰਦੇ ਨੇ, ਜਿਹਦੇ ਵਿੱਚ ਵੀ ਕੋਈ ਜ਼ਰੂਰੀ ਕੰਮ ਕਰਨਾ ਹੋਵੇ, ਕੋਈ ਇੰਪੋਰਟੈਂਟ ਡਿਸੀਜਨ ਲੈਣਾ ਹੋਵੇ, ਜੇ ਅਵੋਇਡ ਕਰ ਦਿੱਤਾ ਜਾਵੇ ਤਾਂ ਬਿਹਤਰ ਹੁੰਦਾ। ਆ ਸਮਾਂ ਰਹੇਗਾ ਦੁਪਹਿਰ ਦੇ 3:50 ਤੋਂ ਲੈ ਕੇ ਸ਼ਾਮ ਦੇ 5:32 ਤੱਕ। ਹੁਣ ਗੱਲ ਕਰਨਾ ਹੈ ਜੇ ਸ਼ੁਭ ਸਮੇਂ ਦੀ, ਕੋਈ ਡਿਸੀਜਨ ਤੁਸੀਂ ਲੈਣਾ, ਕੋਈ ਜ਼ਰੂਰੀ ਕੰਮ ਤੁਸੀਂ ਕਰਨਾ, ਅਤੇ ਦਿਨ ਦਾ ਸ਼ੁਭ ਸਮਾਂ ਪਤਾ ਹੋਣਾ ਚਾਹੀਦਾ, ਉਹ ਵੀ ਦੱਸ ਰਹੀ ਹਾਂ, ਜ਼ਰੂਰ ਨੋਟ ਕਰਨਾ। ਦਿਨ ਦਾ ਸਭ ਤੋਂ ਸ਼ੁਭ ਸਮਾਂ ਜਿਹੜਾ ਹੈ ਉਹ ਰਹੇਗਾ ਦੁਪਹਿਰ ਦੇ 12:27 ਤੋਂ ਲੈ ਕੇ ਦੁਪਹਿਰ ਦੇ 2:09 ਤੱਕ। ਹੁਣ ਗੱਲ ਕਰਾਂਗੇ ਰਾਸ਼ੀਫਲ ਦੀ। ਏਰੀਜ਼ ਯਾਨੀ ਮੇਸ਼ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਵਰਕ ਪਲੇਸ ਦੇ ਉੱਤੇ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਵਾਸਤੇ ਫੇਵਰੇਬਲ ਨਜ਼ਰ ਆ ਰਹੀਆਂ ਨੇ। ਹੁਣ ਇਹੀ ਸਿਤਾਰਿਆਂ ਦਾ ਜਿਹੜਾ ਹੈ ਖੇਲ ਹੈ ਤੁਹਾਡੇ ਵਾਸਤੇ। ਵਧੀਆ ਜਿਹੜਾ ਉਹਨਾਂ ਨੇ ਚੀਜ਼ਾਂ ਪਲਾਨ ਕੀਤੀਆਂ ਹੋਈਆਂ ਨੇ ਕਿ ਜਦੋਂ ਸਾਰੀ ਚੀਜ਼ਾਂ ਫੇਵਰੇਬਲ ਹੋਣ ਤਾਂ ਕਰੀਅਰ ਗਰੋਥ ਵੱਲ ਵਿਚਾਰ ਕੀਤਾ ਜਾ ਸਕਦਾ। ਜਿਹੜੇ ਲੋਕ ਜੋਬ ਸਵਿਚ ਕਰਨਾ ਚਾਹ ਰਹੇ ਸੀ, ਤੁਸੀਂ ਆਪਣੇ ਪ੍ਰਮੋਸ਼ਨਸ ਐਕਸਪੈਕਟ ਕਰ ਰਹੇ ਸੀ, ਤੁਹਾਡੇ ਵਾਸਤੇ ਸਮਾਂ ਜਿਹੜਾ ਹੈ ਅੱਜ ਦਾ ਹੈ ਉਹ ਚੰਗਾ ਰਹੇਗਾ। ਪ੍ਰੋਪਰਟੀ ਕੋਈ ਵਿਵਾਦ ਚੱਲ ਰਿਹਾ ਸੀ, ਡਿਸਪਿਊਟ ਚੱਲ ਰਿਹਾ ਸੀ, ਹੁਣ ਉਹ ਚੀਜ਼ਾਂ ਤੁਹਾਡੇ ਅਕੋਰਡਿੰਗਲੀ ਸੈਟਲ ਹੋ ਜਾਣਗੀਆਂ। ਸਟੂਡੈਂਟਸ ਵਾਸਤੇ ਸਮਾਂ ਚੇਂਜਸ ਵਾਲਾ ਹੈ, ਹੁਣ ਕੋਈ ਨਾ ਕੋਈ ਚੇਂਜ ਤੁਹਾਡੀ ਲਾਈਫ 'ਚ ਆਏਗਾ, ਬਟ ਅਲਟੀਮੇਟਲੀ ਉਹ ਬਿਹਤਰ ਰਿਜ਼ਲਟਸ ਵਾਸਤੇ ਹੋਏਗਾ। ਯੰਗਸਟਰਸ ਦੀ ਪਰਫੋਰਮੈਂਸ ਜਿਹੜੀ ਹੈ ਉਹ ਵੀ ਕਾਬਿਲੇ ਤਾਰੀਫ ਰਹੇਗੀ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 11, ਲੱਕੀ ਕਲਰ ਰਹੇਗਾ ਬਲੂ, ਅਤੇ ਤੁਸੀਂ ਉਪਾਏ ਕੀ ਕਰਨਾ, ਇੱਕ ਛੋਟਾ ਜਿਹਾ ਚਾਂਦੀ ਦਾ ਸਿੱਕਾ ਲੈਣਾ, ਕਿਸੇ ਵੀ ਪਵਿੱਤਰ ਜਲ ਨਾਲ ਧੋ ਕੇ ਮੱਥੇ ਨਾਲ ਲਾ ਕੇ ਸਾਰਾ ਦਿਨ ਆਪਣੇ ਕੋਲ ਰੱਖਣਾ, ਪਰਸ ਵੀ ਰੱਖ ਸਕਦੇ ਹੋ, ਪੋਕਿਟ 'ਚ ਵੀ ਰੱਖ ਸਕਦੇ ਹੋ। ਟੌਰਸ ਯਾਨੀ ਵ੍ਰਿਸ਼ਭ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਵਰਕ ਪਲੇਸ ਦੀ ਸਿਚੁਏਸ਼ਨਸ ਜਿਹੜੀਆਂ ਨੇ ਹੁਣ ਉਹ ਅੰਡਰ ਕੰਟਰੋਲ ਹੋਣਗੀਆਂ। ਕਿਸੇ ਨਵੇਂ ਕਲੀਗ ਦੀ ਜਾਂ ਕਿਸੇ ਨਵੇਂ ਸਬੋਰਡੀਨੇਟ ਜਾਂ ਤੁਹਾਡੇ ਜੂਨੀਅਰ ਦੀ ਜੁਆਇਨਿੰਗ ਦੇ ਕਾਰਨ ਤੁਹਾਡਾ ਵਰਕ ਪ੍ਰੈਸ਼ਰ ਵੀ ਥੋੜ੍ਹਾ ਜਿਹਾ ਜਿਹੜਾ ਹੈ ਹੁਣ ਘੱਟ ਹੋਏਗਾ। ਅੱਜ ਫੈਮਿਲੀ ਦਾ ਸਪੋਰਟ ਤੁਹਾਨੂੰ ਜ਼ਰੂਰ ਮਿਲੇਗਾ। ਲਾਈਫ ਚੇਂਜਿੰਗ ਡਿਸੀਜਨਸ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਫਿਰ ਉਹ ਤੁਹਾਡੀ ਫੈਮਿਲੀ ਜਿਹੜੀ ਹੈ ਉਹ ਸਪੋਰਟਿਵ ਰਹੇਗੀ। ਬਿਜ਼ਨਸ ਟ੍ਰਿਪਸ ਦੇ ਦੌਰਾਨ ਵੀ ਤੁਹਾਨੂੰ ਮੌਜ ਮਸਤੀ ਕਰਨ ਦਾ ਮੌਕਾ ਅੱਜ ਮਿਲ ਸਕਦਾ। ਪ੍ਰੋਫਿਟ ਕਮਾਉਣ ਵਾਸਤੇ ਕੋਈ ਨਵੀਂ ਸਕੀਮਸ ਤੁਹਾਡੇ ਸਾਹਮਣੇ ਆਉਣਗੀਆਂ, ਪਰ ਹਾਂ, ਔਫਰ ਡਾਕੂਮੈਂਟਸ ਨੂੰ ਬਰੀਕੀ ਨਾਲ ਪੜ੍ਹਨਾ ਵੀ ਜ਼ਰੂਰੀ ਹੋਏਗਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 1, ਲੱਕੀ ਕਲਰ ਰਹੇਗਾ ਬੇਬੀ ਪਿੰਕ, ਅਤੇ ਤੁਸੀਂ ਉਪਾਏ ਕੀ ਕਰਨਾ, ਕਿਸੇ ਵੀ ਧਰਮਸ਼ਾਲਾ 'ਚ ਆਪਣੀ ਸ਼ਰਧਾ ਅਨੁਸਾਰ ਸਟੀਲ ਦੇ ਭਾਂਡਿਆਂ ਦਾ ਦਾਨ ਦੇਣਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਜੈਮਿਨਾਈ ਯਾਨੀ ਮਿਥੁਨ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਟ੍ਰੇਡਰਸ ਨੂੰ ਪੈਸਾ ਕਮਾਉਣ ਵਾਸਤੇ ਨਵੀਂ ਓਪਰਚੁਨਿਟੀਜ਼ ਤੁਹਾਡੇ ਸਾਹਮਣੇ ਆਉਣਗੀਆਂ। ਵੈਸੇ ਵੀ ਫਾਈਨੈਂਸ਼ੀਅਲੀ ਜੇ ਗੱਲ ਕਰੀਏ ਤਾਂ ਦਿਨ ਅੱਜ ਦਾ ਮਜ਼ਬੂਤ ਨਜ਼ਰ ਆ ਰਿਹਾ ਹੈ। ਤੁਹਾਡੇ ਲਾਈਫ ਪਾਰਟਨਰ ਵੱਲੋਂ ਵੀ ਤੁਹਾਨੂੰ ਕੋਈ ਸਰਪ੍ਰਾਈਜ਼ ਮਿਲ ਸਕਦੇ ਨੇ, ਜ਼ਰੂਰ ਜਿਹੜਾ ਹੈ ਪਾਰਟੀਸਿਪੇਟ ਕਰਨਾ ਤਾਂ ਕਿ ਰਿਸ਼ਤੇ 'ਚ ਮਿਠਾਸ ਜਿਹੜੀ ਹੈ ਬਣੀ ਰਹੇ। ਲੌਂਗ ਡਰਾਈਵ 'ਤੇ ਜਾਣਾ ਮਜ਼ੇਦਾਰ ਜ਼ਰੂਰ ਹੋਏਗਾ, ਪਰ ਨਾਲ ਨਾਲ ਥਕਾਨ ਭਰਿਆ ਵੀ ਹੋ ਸਕਦਾ। ਜਿਹੜੇ ਲੋਕ ਆਲਰੇਡੀ ਲੰਬੇ ਵਕੇਸ਼ਨ ਤੋਂ ਵਾਪਸ ਆਏ ਨੇ ਤੁਹਾਨੂੰ ਪ੍ਰੋਪਰ ਰੈਸਟ ਜ਼ਰੂਰ ਕਰਨਾ ਚਾਹੀਦਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 7, ਲੱਕੀ ਕਲਰ ਰਹੇਗਾ ਬਰਾਊਨ, ਅਤੇ ਤੁਸੀਂ ਉਪਾਏ ਕੀ ਕਰਨਾ, ਘਰੇ ਚੰਦਨ ਦੀ ਖੁਸ਼ਬੂ ਦਾ ਪ੍ਰਯੋਗ ਜ਼ਰੂਰ ਕਰਨਾ, ਰੂਮ ਫਰੈਸ਼ਨਰ ਹੋਵੇ, ਇਤਰ ਹੋਵੇ, ਚੰਦਨ ਦੀ ਅਗਰਬੱਤੀ ਹੋਵੇ, ਤੁਸੀਂ ਯੂਜ਼ ਕਰ ਸਕਦੇ ਹੋ।
ਕੈਂਸਰ ਯਾਨੀ ਕਰਕ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਪ੍ਰੋਜੈਕਟ ਦੀ ਕੰਪਲੀਸ਼ਨ ਵਾਸਤੇ ਸਕਸੈਸਫੁਲ ਪਲੈਨਿੰਗ ਦੀ ਜ਼ਰੂਰਤ ਹੈ। ਸਪੋਰਟ ਤਾਂ ਤੁਹਾਨੂੰ ਤਾਂ ਹੀ ਮਿਲੇਗਾ ਨਾ ਜੇ ਪ੍ਰੋਪਰ ਪਲੈਨ ਆਰਡਰ 'ਚ ਜਿਹੜਾ ਹੈ ਤੁਸੀਂ ਸੈੱਟ ਕੀਤਾ ਹੋਏਗਾ। ਇਸ ਕਰਕੇ ਅੱਜ ਕਈ ਲੋਕਾਂ ਨੂੰ ਓਵਰ ਟਾਈਮ ਲਾਉਣਾ ਪੈ ਸਕਦਾ, ਦਿਨ ਹੈਕਟਿਕ ਰਹਿ ਸਕਦਾ, ਪਰ ਹਾਂ ਅੱਗੇ ਵਾਸਤੇ ਚੀਜ਼ਾਂ ਨੂੰ ਪਲੈਨ ਕਰਨ ਵਾਸਤੇ ਅੱਜ ਦਾ ਦਿਨ ਖਾਸ ਰਹੇਗਾ। ਅੱਜ ਜਿਹੜਾ ਹੈ ਧਰਮ ਕਰਮ ਦੇ ਕੰਮਾਂ ਨਾਲ ਜੁੜਨ ਵਾਸਤੇ, ਕੋਈ ਨੇਕ ਕੰਮਾਂ ਵਾਸਤੇ ਡੋਨੇਸ਼ਨ ਦੇਣ ਵਾਸਤੇ ਦਿਨ ਅੱਜ ਦਾ ਵਧੀਆ ਰਹੇਗਾ। ਘਰ ਪਰਿਵਾਰ 'ਚ ਕੁਛ ਇੰਟਰਸਟਿੰਗ ਕੋਈ ਚੀਜ਼ ਪਲਾਨ ਕੀਤੀ ਜਾ ਸਕਦੀ ਹੈ। ਕਿਸੇ ਨਾ ਕਿਸੇ ਯੰਗਸਟਰ ਵੱਲੋਂ ਖੁਸ਼ਖਬਰੀ ਸੁਣ ਕੇ ਦਿਨ ਮਾਹੌਲ ਜਿਹੜਾ ਹੈ ਘਰ ਦਾ ਐਕਸਾਈਟਮੈਂਟ ਭਰਿਆ ਰਹੇਗਾ। ਲੰਬੀ ਜਰਨੀ ਸੁਖਦ ਅਤੇ ਕੰਫਰਟੇਬਲ ਨਜ਼ਰ ਆ ਰਹੀ ਹੈ, ਇਸ ਕਰਕੇ ਕਿਸੇ ਵੀ ਚੀਜ਼ ਨੂੰ ਲੈ ਕੇ ਅੱਜ ਫਜ਼ੂਲ ਦੀ ਟੈਨਸ਼ਨ ਆਪਣੇ ਦਿਲ ਅਤੇ ਦਿਮਾਗ 'ਚ ਨਹੀਂ ਪਾਲਣੀ ਚਾਹੀਦੀ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 6, ਲੱਕੀ ਕਲਰ ਰਹੇਗਾ ਯੈਲੋ, ਅਤੇ ਤੁਸੀਂ ਉਪਾਏ ਕੀ ਕਰਨਾ, ਗਊ ਨੂੰ ਭਿੱਜੇ ਹੋਏ ਚਨੇ ਅਤੇ ਨਾਲ ਗੁੜ ਖੁਆਉਣਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਲੀਓ ਯਾਨੀ ਸਿੰਘ ਰਾਸ਼ੀ ਵਾਲਿਆਂ ਵਾਸਤੇ, ਜਿਹਨਾਂ ਨੇ ਪੈਸਾ ਗੁੱਡਵਿਲ ਗੁੱਡ ਫੇਥ 'ਤੇ ਉਧਾਰ ਦਿੱਤਾ ਹੋਇਆ ਸੀ, ਅੱਜ ਲਗਾਤਾਰ ਰਿਗਰਸ ਬਾਰ ਬਾਰ ਜਿਹੜਾ ਹੈ ਫੋਲੋ ਅਪ ਕਰਨਾ ਜ਼ਰੂਰੀ ਹੋਏਗਾ, ਪੇਮੈਂਟ ਵੀ ਤੁਹਾਡੀ ਨਿਕਲ ਆਏਗੀ। ਸਟੂਡੈਂਟਸ ਨੂੰ ਵਾਸਤੇ ਜਿਹੜਾ ਹੈ ਉਹ ਐਜੂਕੇਸ਼ਨ ਦੇ ਸੈਕਟਰ 'ਚ ਕਿਤੇ ਨਾ ਕਿਤੇ ਹੁਣ ਗਰੋਥ ਮਿਲਣ ਦੇ ਚਾਂਸਿਸ ਨਜ਼ਰ ਆ ਰਹੇ ਨੇ। ਕੋਈ ਇਗਜ਼ਾਮ 'ਚ ਅਪੀਅਰ ਕਰ ਰਹੇ ਹੋ, ਕੋਈ ਮੌਕ ਟੈਸਟ 'ਚ ਅਪੀਅਰ ਕਰ ਰਹੇ ਹੋ, ਆਪਣੇ ਹੌਸਲੇ ਬੁਲੰਦ ਰੱਖਣੇ ਆ, ਰਿਜ਼ਲਟਸ ਤੁਹਾਡੇ ਆਟੋਮੈਟਿਕਲੀ ਵਧੀਆ ਆਉਣਗੇ। ਬਿਜ਼ਨਸ ਟ੍ਰਿਪ 'ਤੇ ਕਈ ਲੋਕਾਂ ਨੂੰ ਵਿਦੇਸ਼ ਜਾਣ ਦਾ ਮੌਕਾ ਮਿਲ ਸਕਦਾ, ਕਲਾਇੰਟਸ ਤੁਹਾਡੇ ਵੱਲੋਂ ਖੁਸ਼ ਰਹਿਣਗੇ, ਤੁਹਾਨੂੰ ਕੋਈ ਨਾ ਕੋਈ ਐਪਰੀਸੀਏਸ਼ਨ ਦੀ ਲੈਟਰ, ਕੋਈ ਨੋਟ ਵੀ ਦੇ ਸਕਦੇ ਨੇ। ਅੱਜ ਜਿਹਨਾਂ ਨੂੰ ਪਸੰਦ ਕਰਦੇ ਹੋ, ਆਪਣੇ ਦਿਲ ਦੀ ਗੱਲ ਤੁਸੀਂ ਉਹਨਾਂ ਨਾਲ ਸ਼ੇਅਰ ਕਰਦੇ ਹੋ, ਕਰ ਸਕਦੇ ਹੋ, ਪੋਜ਼ਿਟਿਵ ਰਿਸਪੋਂਸ ਮਿਲਣ ਦੀ ਉਮੀਦ ਹੈ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 22, ਲੱਕੀ ਕਲਰ ਰਹੇਗਾ ਬੇਜ, ਲਾਈਟ ਬਰਾਊਨ ਕਲਰ ਦਾ ਇਸਤੇਮਾਲ ਵੀ ਤੁਸੀਂ ਕਰ ਸਕਦੇ ਹੋ, ਅਤੇ ਉਪਾਏ ਤੁਸੀਂ ਕੀ ਕਰਨਾ, ਘਰੋਂ ਸਪੈਸ਼ਲੀ ਜਾਣਾ ਅਤੇ ਨਿਸ਼ਾਨ ਸਾਹਿਬ 'ਤੇ ਮੱਥਾ ਟੇਕ ਕੇ ਆਉਣਾ। ਵਗੋ ਯਾਨੀ ਕੰਨਿਆ ਰਾਸ਼ੀ ਵਾਲਿਆਂ ਵਾਸਤੇ ਸਭ ਤੋਂ ਪਹਿਲਾਂ ਗੱਲ ਕਰੀਏ ਸਟੂਡੈਂਟਸ ਦੀ, ਜਿਹੜੇ ਲੋਕ ਹਾਇਰ ਐਜੂਕੇਸ਼ਨ ਵਾਸਤੇ ਇਸਪਾਇਰ ਕਰ ਰਹੇ ਨੇ, ਤਾਂ ਤੁਹਾਨੂੰ ਦਿਲ ਖੋਲ੍ਹ ਕੇ ਅਪਲਾਈ ਕਰਨਾ ਚਾਹੀਦਾ ਹੈ ਆਪਣੇ SOP ਨੂੰ, ਆਪਣੇ ਜਿਹੜਾ ਹੈ ਜਿਹੜਾ ਤੁਸੀਂ ਆਪਣਾ ਕਵਰ ਲੈਟਰ ਹੈ ਉਹਦੇ ਵਿੱਚ, ਅਤੇ ਮਿਹਨਤ ਕਰਨੀ ਅੱਜ ਜ਼ਰੂਰੀ ਹੋਏਗੀ। ਲੋਕਾਂ ਨਾਲ ਨੈਟਵਰਕ ਜਿਹੜਾ ਹੈ ਬਣਾ ਕੇ ਰੱਖਣਾ, ਨੈਟਵਰਕ 'ਤੇ ਜਿਹੜੇ ਲੋਕ ਆਲਰੇਡੀ ਹੈਗੇ ਉਹਨਾਂ ਨਾਲ ਇਨ ਟੱਚ ਰਹਿਣਾ ਵੀ ਜ਼ਰੂਰੀ ਹੋਏਗਾ। ਕਿਤੇ ਘੁੰਮਣ ਜਾਣ ਦਾ ਪ੍ਰੋਗਰਾਮ ਅਚਾਨਕ ਬਣ ਸਕਦਾ ਹੈ, ਕੋਈ ਟੂਰਿਸਟ ਡੈਸਟੀਨੇਸ਼ਨ ਜਿਹੜੀ ਹੈ ਤੁਹਾਨੂੰ ਪਸੰਦ ਆ ਸਕਦੀ ਹੈ। ਵਰਕ ਪਲੇਸ 'ਚ ਕੋਈ ਪ੍ਰੋਬਲਮ ਸੋਲਵ ਕਰਨ ਵਾਸਤੇ ਅੱਜ ਦੇ ਕਾਰਨ ਜਿਹੜਾ ਹੈ ਤੁਹਾਡੀ ਤਾਰੀਫ ਹੋ ਸਕਦੀ ਹੈ, ਸੀਨੀਅਰ ਤੁਹਾਡੇ ਕੋਲੋਂ ਇੰਪ੍ਰੈਸਡ ਰਹਿਣਗੇ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 17, ਲੱਕੀ ਕਲਰ ਰਹੇਗਾ ਸੈਫਰਨ ਯਾਨੀ ਕੇਸਰੀਆ, ਅਤੇ ਤੁਸੀਂ ਉਪਾਏ ਕੀ ਕਰਨਾ, ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਲਿਬਰਾ ਯਾਨੀ ਤੁਲਾ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਫਿਟਨੈਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ, ਕਿਸੇ ਵੀ ਪ੍ਰਕਾਰ ਦੇ ਐਕਸਰਸਿਸ ਜਿਹੜੇ ਨੇ ਉਹ ਪ੍ਰੋਬਲਮਸ ਕ੍ਰੀਏਟ ਕਰ ਸਕਦੇ ਨੇ। ਅੱਜ ਕੋਈ ਤੀਰਥ ਸਥਲ ਦੀ ਯਾਤਰਾ ਜਿਹੜੇ ਲੋਕ ਕਰ ਰਹੇ ਨੇ ਤੁਹਾਡੇ ਵਾਸਤੇ ਸਮਾਂ ਚੰਗਾ ਰਹੇਗਾ, ਵਧੀਆ ਦਰਸ਼ਨ ਹੋ ਸਕਦੇ ਨੇ, ਜਿਹੜੀ ਸ਼ਾਂਤੀ ਮਨ ਦੀ ਤੁਸੀਂ ਤਲਾਸ਼ ਕਰ ਰਹੇ ਹੋ ਉਹ ਤੁਹਾਨੂੰ ਮਿਲ ਸਕਦੀ ਹੈ। ਕੰਪਨੀ 'ਚ ਤੁਹਾਡੀ ਰੈਪੂਟੇਸ਼ਨ ਹੁਣ ਇੰਪਰੂਵ ਹੁੰਦੀ ਹੋਈ ਨਜ਼ਰ ਆ ਰਹੀ ਹੈ, ਸੀਨੀਅਰਸ ਤੁਹਾਡੇ ਕੰਮ ਵੱਲੋਂ ਖੁਸ਼ ਰਹਿਣਗੇ, ਤੁਹਾਨੂੰ ਐਪਰੀਸੀਏਸ਼ਨ ਜਾਂ ਕੋਈ ਅਵਾਰਡ ਨਾਲ ਵੀ ਸਨਮਾਨਿਤ ਕਰ ਸਕਦੇ ਨੇ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 2, ਲੱਕੀ ਕਲਰ ਰਹੇਗਾ ਮਜੈਂਟਾ, ਅਤੇ ਤੁਸੀਂ ਉਪਾਏ ਕੀ ਕਰਨਾ, ਬੱਚਿਆਂ 'ਚ ਚੋਕਲੇਟਸ ਜਾਂ ਟੋਫੀਆਂ ਵੰਡਣਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਸਕੋਰਪੀਓ ਯਾਨੀ ਵ੍ਰਿਸ਼ਚਿਕ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਵਰਕ ਪਲੇਸ ਦੇ ਉੱਤੇ ਕੋਈ ਵੀ ਕਿਸੇ ਦੀ ਗੱਲਾਂ ਨੂੰ ਦਿਲ ਨਾਲ ਲਾਉਣ ਤੋਂ ਤੁਹਾਨੂੰ ਪਰਹੇਜ਼ ਕਰਨਾ, ਕੋਈ ਮਜ਼ਾਕ ਉਡਾ ਰਿਹਾ ਤਾਂ ਕੋਈ ਗੱਲ ਨਹੀਂ, ਤੁਸੀਂ ਪਰਸਨਲੀ ਚੀਜ਼ ਨੂੰ ਨਹੀਂ ਲੈਣਾ। ਗੁੱਸਾ ਜਿਹੜਾ ਹੈ ਆਪਣਾ ਜਿੰਨਾ ਕੰਟਰੋਲ ਕਰਕੇ ਰੱਖੋਗੇ ਓਨਾ ਹੀ ਤੁਹਾਨੂੰ ਫਾਇਦਾ ਹੋਏਗਾ, ਇਹ ਕਹੀਏ ਕਿ ਨੁਕਸਾਨ ਤਾਂ ਤੁਹਾਨੂੰ ਬਚਾ ਸਕਦੇ। ਅੱਜ ਯੰਗਸਟਰ ਜਿਹੜੇ ਨੇ ਆਪਣੀ ਟੈਲੈਂਟ ਨਾਲ ਲੋਕਾਂ ਨੂੰ ਇੰਪ੍ਰੈਸ ਕਰ ਸਕਣਗੇ, ਬੈਂਕ ਬੈਲੈਂਸ ਜਿਹੜਾ ਹੈ ਉਹ ਤਕਰੀਬਨ ਠੀਕ ਵੈਲ ਮੇਨਟੇਨਡ ਨਜ਼ਰ ਆ ਰਿਹਾ, ਜਿਹਦੇ ਕਾਰਨ ਫਾਈਨੈਂਸਿਸ ਨੂੰ ਲੈ ਕੇ ਟੈਨਸ਼ਨ ਘੱਟ ਹੋਏਗੀ। ਕੁਛ ਨਵਾਂ ਟਰਾਈ ਕਰਨ ਦਾ ਜਾਂ ਨਵਾਂ ਐਕਸਪੀਰੀਅੰਸ ਕਰਨ ਦਾ ਵੀ ਮੌਕਾ ਕਈਆਂ ਨੂੰ ਮਿਲ ਸਕਦਾ।
ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 4, ਲੱਕੀ ਕਲਰ ਰਹੇਗਾ ਵਾਈਟ, ਅਤੇ ਤੁਸੀਂ ਉਪਾਅ ਕੀ ਕਰਨਾ? ਆਪਣੇ ਨਹਾਉਣ ਦੇ ਪਾਣੀ 'ਚ ਜੇ ਥੋੜ੍ਹਾ ਜਿਹਾ ਗੁਲਾਬ ਜਲ ਜਾਂ ਕੁਛ ਗੁਲਾਬ ਦੀਆਂ ਪੱਤੀਆਂ ਮਿਲਾ ਕੇ ਨਹਾਇਆ ਜਾਵੇ ਤਾਂ ਦਿਨ ਹੋਰ ਵੀ ਵਧੀਆ ਬਣ ਸਕਦਾ ਹੈ। ਸੈਜੀਟੇਰੀਅਸ ਯਾਨੀ ਧਨੂ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਨੌਕਰੀ ਪੇਸ਼ਾ ਲੋਕ ਜਿਹੜੇ ਨੇ ਆਪਣੇ ਕਰੀਅਰ 'ਚ ਉੱਚਾਈਆਂ ਪਾਉਣ ਵਾਸਤੇ ਅੱਜ ਕੋਈ ਨਾ ਕੋਈ ਚੇਂਜ ਪਲਾਨ ਕਰ ਸਕਦੇ ਨੇ। ਫੈਮਿਲੀ ਤੁਹਾਡੇ ਆਈਡੀਆਜ਼ ਨੂੰ ਲੈ ਕੇ ਸਪੋਰਟਿਵ ਹੋਏਗੀ। ਜਿਹੜੇ ਲੋਕ ਨੌਕਰੀ ਦੇ ਨਾਲ ਨਾਲ ਕੋਈ ਸਾਈਡ ਬਿਜ਼ਨਸ ਸ਼ੁਰੂ ਕਰਨਾ ਚਾਹ ਰਹੇ ਸੀ ਅਤੇ ਤੁਹਾਨੂੰ ਹਾਲੇ ਥੋੜ੍ਹੇ ਜਿਹੇ ਹੋਮਵਰਕ ਦੀ ਜ਼ਰੂਰਤ ਹੈ, ਫੰਡਸ ਨੂੰ ਸਹੀ ਤਰੀਕੇ ਨਾਲ ਮੈਨੇਜ ਕਰਨਾ ਜ਼ਰੂਰੀ ਹੋਏਗਾ। ਅਕੈਡਮਿਕ ਫਰੰਟ ਦੇ ਉੱਤੇ ਸਟੂਡੈਂਟਸ ਵਾਸਤੇ ਚੀਜ਼ਾਂ ਹੁਣ ਇੰਪਰੂਵ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ। ਕੋਈ ਟੈਸਟ ਦੇ ਰਹੇ ਸੀ, ਕੋਈ ਇਗਜ਼ਾਮ 'ਚ ਤੁਸੀਂ ਅਪੀਅਰ ਕਰ ਰਹੇ ਸੀ ਅਤੇ ਨੰਬਰ ਵੀ ਵਧੀਆ ਆਉਣਗੇ। ਪ੍ਰੋਪਰਟੀ ਵਿਵਾਦ ਕੋਈ ਚੱਲ ਰਿਹਾ ਸੀ ਅਤੇ ਚੀਜ਼ਾਂ ਹੁਣ ਤੁਹਾਡੇ ਵੱਲ ਫੇਵਰ 'ਚ ਸੈਟਲ ਹੋ ਸਕਦੀਆਂ ਨੇ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 11, ਲੱਕੀ ਕਲਰ ਰਹੇਗਾ ਕ੍ਰੀਮ, ਅਤੇ ਤੁਸੀਂ ਉਪਾਅ ਕੀ ਕਰਨਾ? ਮੱਥੇ ਦੇ ਉੱਤੇ ਚੰਦਨ ਦਾ ਤਿਲਕ ਲਗਾ ਕੇ ਰੱਖ। ਕੈਪਰੀਕੋਨ ਯਾਨੀ ਮਕਰ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਡਾਇਟ 'ਤੇ ਕੰਟਰੋਲ ਕਰਕੇ ਹੈਲਥ ਦੇ ਉੱਤੇ ਕੰਟਰੋਲ ਕੀਤਾ ਜਾ ਸਕਦਾ ਹੈ। ਯਾਨੀ ਕਿ ਕੋਈ ਹੈਲਥ ਰਿਲੇਟਡ ਪਰੇਸ਼ਾਨੀ ਚੱਲ ਰਹੀ ਸੀ ਅਤੇ ਥੋੜ੍ਹਾ ਜਿਹਾ ਜੇ ਖਾਣ ਪਾਣ ਆਪਣਾ ਸਹੀ ਕਰ ਲਿਆ ਜਾਵੇ ਤਾਂ ਪ੍ਰੋਬਲਮਸ ਤੋਂ ਛੁਟਕਾਰਾ ਮਿਲ ਸਕਦਾ। ਘਰੇਲੂ ਮਾਮਲਿਆਂ 'ਚ ਜਿਹੜਾ ਹੈ ਉਹ ਥੋੜ੍ਹਾ ਜਿਹਾ ਤੁਹਾਨੂੰ ਕੰਟਰੀਬਿਊਟ ਕਰਨਾ ਸਿੱਖਣਾ ਪੈਣਾ, ਤਾਂ ਹੀ ਘਰ 'ਚ ਸ਼ਾਂਤੀ ਬਣੀ ਰਹਿ ਸਕਦੀ ਹੈ। ਵਰਕ ਪਲੇਸ ਦੇ ਉੱਤੇ ਚੰਗੀ ਪਰਫੋਰਮੈਂਸ ਦੇ ਕਾਰਨ ਤੁਸੀਂ ਆਪਣੇ ਸੀਨੀਅਰਸ ਦੇ ਫੇਵਰੇਟ ਬਣ ਸਕਦੇ ਹੋ। ਜਿਨ੍ਹਾਂ ਨੇ ਹੁਣੇ ਹੁਣੇ ਨਵਾਂ ਬਿਜ਼ਨਸ ਸ਼ੁਰੂ ਕੀਤਾ ਹੈ, ਹੁਣ ਚੰਗੀ ਆਮਦਨੀ ਦੀ ਉਮੀਦ ਵੀ ਕੀਤੀ ਜਾ ਸਕਦੀ ਹੈ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 22, ਲੱਕੀ ਕਲਰ ਰਹੇਗਾ ਗ੍ਰੇ, ਅਤੇ ਤੁਸੀਂ ਉਪਾਅ ਕੀ ਕਰਨਾ? ਕਿਸੇ ਜ਼ਰੂਰਤਮੰਦ ਨੂੰ ਜਾਂ ਫਿਰ ਕਿਸੇ ਅਨਾਥ ਆਸ਼ਰਮ 'ਚ ਜੇ ਸ਼ਹਿਦ ਦਾ ਦਾਨ ਦੇ ਦਿੱਤਾ ਜਾਵੇ ਤਾਂ ਦਿਨ ਹੋਰ ਵੀ ਵਧੀਆ ਬਣ ਸਕਦਾ। ਐਕੁਏਰੀਅਸ ਯਾਨੀ ਕੁੰਭ ਰਾਸ਼ੀ ਵਾਲਿਆਂ ਵਾਸਤੇ ਵਰਕ ਪਲੇਸ ਦੇ ਉੱਤੇ ਸ਼ਾਈਨ ਕਰਨ ਵਾਲਾ ਦਿਨ ਹੈ। ਤੁਹਾਡੀ ਕੀਤੇ ਗਏ ਕੰਮ ਦੀ ਤਾਰੀਫ ਹੋ ਸਕਦੀ ਹੈ, ਤੋ ਅਚਾਨਕ ਕਈ ਲੋਕਾਂ ਨੂੰ ਮਾਨ ਸਨਮਾਨ ਦੀ ਪ੍ਰਾਪਤੀ ਵੀ ਹੋ ਸਕਦੀ ਹੈ। ਘਰੇ ਓਵਰਆਲ ਸ਼ਾਂਤੀ ਦਾ ਮਾਹੌਲ ਰਹੇਗਾ, ਸਕੂਨ ਤੁਹਾਨੂੰ ਮਿਲੇਗਾ, ਫੈਮਿਲੀ ਮੈਂਬਰਸ ਨਾਲ ਟਾਈਮ ਸਪੈਂਡ ਕਰਕੇ ਵੀ ਤੁਹਾਨੂੰ ਕਾਫੀ ਚੰਗਾ ਮਹਿਸੂਸ ਹੋਏਗਾ। ਜਿਹੜੇ ਲੋਕ ਟਰੈਵਲ ਕਰ ਰਹੇ ਨੇ, ਆਲਰੇਡੀ ਟ੍ਰਿਪ 'ਤੇ ਨੇ, ਤੁਹਾਡੇ ਵਾਸਤੇ ਸਮਾਂ ਜਿਹੜਾ ਹੈ ਇੰਟਰਸਟਿੰਗ ਨਜ਼ਰ ਆ ਰਿਹਾ ਹੈ। ਸਟ੍ਰੇਂਜਰਸ ਵੀ ਹੁਣ ਤੁਹਾਡੇ ਵਧੀਆ ਦੋਸਤ ਬਣ ਸਕਦੇ ਨੇ। ਅੱਜ ਘਰੇ ਨਿਊਲੀ ਮੈਰਿਡ ਕਪਲਸ ਵੱਲੋਂ ਵੀ ਕੋਈ ਗੁੱਡ ਨਿਊਜ਼ ਸੁਣਨ ਦੇ ਸੰਕੇਤ ਮਿਲ ਰਹੇ ਨੇ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 9, ਲੱਕੀ ਕਲਰ ਰਹੇਗਾ ਰੈੱਡ, ਅਤੇ ਤੁਸੀਂ ਉਪਾਅ ਕੀ ਕਰਨਾ? ਕਿਸੇ ਵੀ ਧਰਮ ਸਥਲ ਤੋਂ ਪਵਿੱਤਰ ਜਲ ਲਿਆ ਕੇ ਚਾਂਦੀ ਦੀ ਬਰਤਨ 'ਚ ਰੱਖ ਕੇ ਉਹਨੂੰ ਘਰ ਦੇ ਨੌਰਥ 'ਚ ਜ਼ਰੂਰ ਰੱਖਣਾ। ਹੁਣ ਗੱਲ ਕਰਾਂਗੇ ਆਖਰੀ ਰਾਸ਼ੀ ਪਾਈਸਿਸ ਯਾਨੀ ਮੀਨ ਦੀ। ਆਫਿਸ ਵਿੱਚ ਕਿਸੇ ਕਲੀਗ ਦੇ ਆਈਡੀਆਜ਼ ਦੇ ਉੱਤੇ ਤੁਹਾਨੂੰ ਕੰਮ ਕਰਨਾ ਪੈ ਸਕਦਾ ਹੈ। ਤੁਹਾਡੇ ਦਿੱਤੇ ਆਈਡੀਆਜ਼ ਨੂੰ ਅਪਰੂਵ ਹੋਣ 'ਚ ਹਾਲੇ ਥੋੜ੍ਹਾ ਜਿਹਾ ਸਮਾਂ ਲੱਗ ਸਕਦਾ ਹੈ। ਕੁਛ ਸਮੇਂ ਵਾਸਤੇ ਵਿਦੇਸ਼ ਯਾਤਰਾ, ਕੋਈ ਲੰਬੀ ਯਾਤਰਾ ਜੇ ਟਾਲ ਦਿੱਤੀ ਜਾਵੇ ਤਾਂ ਬਿਹਤਰ ਹੋਏਗੀ। ਸਪੋਰਟਸ ਐਕਟੀਵਿਟੀਜ਼ 'ਚ ਜਿਹੜੇ ਲੋਕ ਇੰਟਰਸਟਿਡ ਨੇ, ਉਹਨਾਂ ਦੀ ਪਰਫੋਰਮੈਂਸ ਜਿਹੜੀ ਹੈ ਹੁਣ ਇੰਪਰੂਵ ਹੋਏਗੀ, ਕੋਈ ਨਾ ਕੋਈ ਮਾਨ ਸਨਮਾਨ ਦੀ ਪ੍ਰਾਪਤੀ ਵੀ ਹੋ ਸਕਦੀ ਹੈ। ਅੱਜ ਜਿਹੜਾ ਹੈ ਜਿਨ੍ਹਾਂ ਨੂੰ ਪਸੰਦ ਕਰਦੇ ਹੋ, ਦਿਲ ਦੀ ਗੱਲ ਸ਼ੇਅਰ ਕਰਨ ਵਾਸਤੇ ਵੀ ਮੌਕਾ ਚੰਗਾ ਨਜ਼ਰ ਆ ਰਿਹਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 8, ਲੱਕੀ ਕਲਰ ਰਹੇਗਾ ਸਿਲਵਰ, ਅਤੇ ਤੁਸੀਂ ਉਪਾਅ ਕੀ ਕਰਨਾ? ਜ਼ਰੂਰਤਮੰਦ ਬੱਚਿਆਂ ਨੂੰ ਜੇ ਪੈਰਾਂ 'ਚ ਚੱਪਲਾਂ ਜਾਂ ਬੂਟ ਪਵਾ ਦਿੱਤੇ ਜਾਣ ਤਾਂ ਦਿਨ ਹੋਰ ਵੀ ਵਧੀਆ ਬਣ ਸਕਦਾ। ਹੁਣ ਸਮਾਂ ਹੋ ਚੱਲਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ, ਪਰ ਇਸ ਵਾਅਦੇ ਨਾਲ ਕਿ ਕੱਲ੍ਹ ਫਿਰ ਮੁਲਾਕਾਤ ਹੋਏਗੀ, ਫਿਰ ਗੱਲ ਕਰਾਂਗੇ ਆਪਾਂ ਦਿਨ ਦੇ ਰਾਸ਼ੀਫਲ ਅਤੇ ਪੰਚਾਂਗ ਦੀ। ਉਦੋਂ ਤਾਈਂ ਮੈਨੂੰ ਯਾਨੀ ਐਸਟ੍ਰੋਲੋਜਰ ਮਨੀਸ਼ਾ ਕੌਸ਼ਿਕ ਨੂੰ ਦਿਓ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ।